ਕਿਉਂਕਿ ਮੌਜੂਦਾ ਪੰਜਾਬ ਦੇ ਹਾਲਾਤ ਸਰਪੰਚੀ ਦੀ ਇਲੈਕਸ਼ਨ ਚੱਲ ਰਹੀ ਹੈ ਬਟ ਅੱਜ ਲਾਅ ਐਂਡ ਆਰਡਰ ਜਾਂ ਕਹੀਏ ਜਿਹੜੇ ਲੋਕ ਬਦਲਾਅ ਦੀ ਗੱਲ ਕਰਦੇ ਸੀ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਦੇ ਵਿੱਚ ਪੂਰਨ ਰੂਪ ਸ਼ਾਂਤੀ ਰਹੂਗੀ ਪੰਜਾਬ 'ਚ ਜਿਹੜਾ ਲੋਕਤੰਤਰ ਦਾ ਰਾਜ ਰਹੂਗਾ ਅੱਜ ਉਹ ਸਰਕਾਰ ਅਤੇ ਉਹ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਅੱਜ ਦੇਖਣ ਨੂੰ ਇਹ ਮਿਲ ਰਿਹਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਸੁਣਦੇ ਹੁੰਦੇ ਸੀ ਕਿ ਯੂਪੀ ਬਿਹਾਰ ਇਹੋ ਜਿਹੀਆਂ ਜਿਹੜੀਆਂ ਸਟੇਟ ਸੀਆਂ ਉਹਨਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਗੁੰਡਾਗਰਦੀ ਕਿਤੇ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਕੋਈ ਰੋੜੇ ਚੱਲ ਰਹੇ ਨੇ ਕਿਤੇ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਪਰ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਹੋਏ ਪਏ ਨੇ ਕਿ ਭਾਈਚਾਰਕ ਸਾਂਝ ਨੂੰ ਸ਼ਾਂਤੀ ਨੂੰ ਖਤਮ ਕਰਕੇ ਜਿਹੜੀ ਹੈ ਮੌਜੂਦਾ ਸਰਕਾਰ ਜਿਹੜੀ ਹੈ ਵੈਸੇ ਤਾਂ ਮੌਜੂਦਾ ਸਰਕਾਰ ਹੀ ਹੈ ਨਹੀਂ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਤਾਂ ਚਲੋ ਆਪਣੀ ਮੈਂ ਕਹਿੰਦਾ ਸਿਹਤ ਯਾਬੀ ਰਹੇ ਉਹਨਾਂ ਦੀ ਚੜ੍ਹਦੀ ਕਲਾ 'ਚ ਜਿਹੜਾ ਕਹਿੰਦਾ ਹੋਇਆ ਕਿ ਸਿਹਤ ਰਹੇ ਪਰ ਨਾਲ ਹੀ ਇੱਕ ਜ਼ਿੰਮੇਵਾਰੀ ਵਾਲੀ ਸੀਟ 'ਤੇ ਬੈਠੇ ਨੇ ਉਹ ਤਾਂ ਉਹ ਆਪਣੀ ਜ਼ਿੰਮੇਵਾਰੀ ਨੂੰ ਕਿੰਨੀ ਕੁ ਬਾਖੂਬੀ ਨਿਭਾ ਰਹੇ ਨੇ ਪੰਜਾਬ ਦੇ ਲੋਕ ਅੱਜ ਦੇਖ ਰਹੇ ਨੇ ਕਿਉਂਕਿ ਦਿੱਲੀ ਦਾ ਜਿਹੜੀ ਇੰਟਰਫੇਰੈਂਸ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਵੱਡੇ ਪੱਧਰ 'ਤੇ ਹੋਈ ਪਈ ਹੈ ਅੱਜ ਵੀ ਜਦੋਂ ਅਖਬਾਰ ਪੜ੍ਹੋ ਸਵੇਰੇ ਉੱਠ ਕੇ ਜਾਂ ਸੋਸ਼ਲ ਮੀਡੀਆ ਦੇਖੋ ਹਰ ਜਗ੍ਹਾ ਇੱਕ ਨਾ ਇੱਕ ਨਵੀਂ ਚਰਚਾ ਛਿੜੀ ਹੁੰਦੀ ਹੈ ਅੱਜ ਜੀ ਫਲਾਣੇ ਯੂਨੀਵਰਸਿਟੀ ਨੂੰ ਬਦਲਤਾ ਅੱਜ ਫਲਾਣੇ ਮੀਡੀਆ ਵਾਲੇ ਨੂੰ ਬਦਲਤਾ ਜੀ ਅੱਜ ਫਲਾਣੇ ਮੰਤਰੀ ਨੂੰ ਬਦਲਤਾ ਜੀ ਅਤੇ ਇਹ ਅਫਸਰ ਬਦਲਤੇ ਜੀ ਅਤੇ ਭਗਵੰਤ ਮਾਨ ਸਾਹਿਬ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਪੰਜਾਬ ਨੂੰ ਜਿਹੜਾ ਦਿੱਲੀ ਦੇ ਹਵਾਲੇ ਪੂਰਨ ਰੂਪ 'ਚ ਕਰ ਚੁੱਕੇ ਨੇ ਉਹ ਕਹਿੰਦੇ ਨੇ ਮੈਂ ਮੁੱਖ ਮੰਤਰੀ ਰਹਾਂ ਬਾਕੀ ਪੰਜਾਬ ਕਿਤੇ ਜਾਵੇ ਵਿੱਤੀ ਹਾਲਾਤ ਪੰਜਾਬ ਦੇ ਬਹੁਤ ਮਾੜੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੀ ਬਹੁਤ ਮਾੜੀ ਹੈ ਅੱਜ ਸਰਪੰਚੀ ਜਿਹੜੀਆਂ ਚੋਣਾਂ ਜਿਹੜੀ ਲੋਕਤੰਤਰ ਦਾ ਸਭ ਤੋਂ ਵੱਡਾ ਜੇ ਕਹੀਏ ਜਿੱਥੋਂ ਲੋਕਤੰਤਰ ਸ਼ੁਰੂ ਹੁੰਦਾ ਹੈ ਅੱਜ ਸਰਪੰਚੀ ਚੋਣਾਂ ਦੇ ਵਿੱਚ ਕਿਸੇ ਨੂੰ ਡਰਾ ਕੇ ਕਿਸੇ ਨੂੰ ਧਮਕਾ ਕੇ ਕਿਸੇ ਦੇ ਪੇਪਰ ਰੱਦ ਕਰਾ ਕੇ ਕਿਸੇ ਨੂੰ ਕਿਸੇ ਤਰੀਕੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਜਿਹੜੇ ਲੋਕ ਇਹ ਤੰਜ ਕੱਸਦੇ ਸੀ ਇਹ ਲੋਕ ਜਦੋਂ ਇਹ ਵਿਰੋਧ 'ਚ ਹੁੰਦੇ ਸੀ ਕਿਤੇ ਕਿ ਜੀ ਇਹ ਧੱਕਾ ਹੋ ਰਿਹਾ ਪਰ ਉਦੋਂ ਤਾਂ ਸ਼ਾਇਦ ਹੀ ਕੋਈ ਇਹੋ ਜਿਹੀ ਇਲੈਕਸ਼ਨ ਅਕਾਲੀ ਦਲ ਦੀ ਸਰਕਾਰ ਤਾਂ ਬਿਲਕੁਲ ਸਹੀ ਹੈ ਕਿ ਉਦੋਂ ਇਹੋ ਜਿਹੀ ਕੋਈ ਇਲੈਕਸ਼ਨ ਨਹੀਂ ਹੋਣੀ ਜਿਹੜੀ ਲੋਕਤੰਤਰ ਤਰੀਕੇ ਨਾਲ ਨਹੀਂ ਕਰਵਾਈ ਗਈ ਪਰ ਇਹ ਲੋਕ ਜਿਹੜੇ ਨੇ ਅੱਜ ਸ਼ਰੇਆਮ ਜਿਹੜਾ ਪਹਿਲੀ ਗੱਲ ਤਾਂ ਇਹ ਕੀਤੀ ਕਿ ਚੋਣ ਨਿਸ਼ਾਨ 'ਤੇ ਨਹੀਂ ਲੜਨਾ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਹਾਰ ਵੱਲ ਨੂੰ ਵੱਧ ਰਹੇ ਹਾਂ ਦੂਜੇ ਪਾਸੇ ਹੁਣ ਇਹ ਗੱਲ ਚੱਲ ਪਈ ਕਿ ਭਾਈ ਜਿਹੜਾ ਜਿੱਤ ਗਿਆ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਜਿੱਤ ਕੇ ਆ ਜੇ ਸਾਡੇ ਨਾਲ ਦੇ ਹੀ ਹੈ ਅੱਜ ਲੋਕਤੰਤਰ ਗਿਆ ਕਿੱਥੇ ਹੈ ਭਗਵੰਤ ਮਾਨ ਸਾਹਿਬ ਤੁਸੀਂ ਜ਼ਰੂਰ ਜਵਾਬ ਦਿਓ ਕਿਉਂਕਿ ਇਹੋ ਜਿਹੇ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਪੈਦਾ ਹੋਏ ਪਏ ਨੇ ਕਿ ਹਰ ਬੰਦੇ ਨੂੰ ਆਪਣੀ ਸੇਫਟੀ ਅਤੇ ਸਿਕਿਉਰਿਟੀ ਦੀ ਫਿਕਰ ਹੋਈ ਪਈ ਹੈ ਅੱਜ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਰੋਜ਼ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ 'ਤੇ ਜਾਂ ਅਖਬਾਰਾਂ ਦੇ ਵਿੱਚ ਕਿ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਕਿ ਭਾਈ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਪਰ ਸੁਣਵਾਈ ਕਰਨ ਵਾਲਾ ਕੋਈ ਰਾਜਾ ਬਾਬੂ ਪੰਜਾਬ ਦੇ ਵਿੱਚ ਨਹੀਂ ਹੈ ਅਤੇ ਮੈਂ ਆਪਣੇ ਹਲਕੇ ਸੰਗਰੂਰ ਦੇ ਜਿੰਨੇ ਵੀ ਸਰਪੰਚੀ ਲੜ ਰਹੇ ਨੇ ਅਕਾਲੀ ਦਲ ਵੱਲੋਂ ਲੜ ਰਹੇ ਨੇ ਜਾਂ ਕੋਈ ਹੋਰ ਸੱਜਣ ਜਿਹੜੇ ਇੱਛਾਵਾਨ ਨੇ ਕਿ ਅਸੀਂ ਆਜ਼ਾਦ ਲੜਨਾ ਹੈ ਮੈਂ ਉਹਨਾਂ ਨੇ ਗੱਲ ਕਹਿਣਾ ਭਰਾਵੋ ਤੁਹਾਡੇ ਨਾਲ ਕਿਤੇ ਵੀ ਧੱਕੇਸ਼ਾਹੀ ਹੁੰਦੀ ਹੈ ਮੈਂ ਤੁਹਾਡੇ ਨਾਲ ਖੜਾਂ ਅਤੇ ਐਨ ਪੂਰਾ ਤਨਦੇਹੀ ਨਾਲ ਤੁਹਾਡੇ ਮੂਹਰੇ ਹੋ ਕੇ ਖੜਾਂ ਮੈਨੂੰ ਜਦੋਂ ਮਰਜ਼ੀ ਕਾਲ ਕਰੋ ਮੈਂ ਤੁਹਾਡੇ ਨਾਲ ਉੱਥੇ ਆ ਕੇ ਜਿਹੜਾ ਪ੍ਰਸ਼ਾਸਨ ਦੇ ਸਾਹਮਣੇ ਕਿਸੇ ਹੋਰ ਜਿਹੜਾ ਕੋਈ ਗੁੰਡਾਗਰਦੀ ਕਰਨ ਵਾਲੇ ਜੇ ਕੋਈ ਗੁੰਡਿਆਂ ਦਾ ਰਾਜ ਇੱਥੇ ਲਿਆਉਣ ਦੀ ਕੋਸ਼ਿਸ਼ ਕਰੂਗਾ ਉਹਨੂੰ ਮੂੰਹ ਤੋੜ ਜਵਾਬ ਦੇਣ ਲਈ ਵਿਨਰਜੀਤ ਅਤੇ ਉਹਦੀ ਪੂਰੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਜਿਹੜੀ ਆ ਤੁਹਾਡੇ ਨਾਲ ਐਨ ਪੂਰਾ ਮੂਹਰੇ ਹੋ ਕੇ ਖੜੂਗੀ ਆਓ ਤਕੜੇ ਹੋ ਕੇ ਸਰਪੰਚੀ ਦੀਆਂ ਚੋਣਾਂ ਲੜੀਏ ਅਤੇ ਆਪਾਂ ਲੋਕਤੰਤਰ ਜਿਹੜਾ ਉਹਨੂੰ ਬਚਾਈਏ।